ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਸਵਾਗਤ ਹੈ ਜੀ ਆਪਣੇ YouTube ਚੈਨਲ ਜਿੰਦਾ ਬਲੌਗ ਤੇ ਤੇ ਅੱਜ ਜੀ ਆਪਾਂ ਪਿੰਡ ਆਏ ਸੀ ਜੀ ਐਗਰਸ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਕਈ ਵੀਡੀਓ ਆਪਾਂ ਇਸ ਪਿੰਡ ਦੇ ਵਿੱਚ ਆ ਕੇ ਬਣਾਈਆਂ ਸੀ ਤੇ ਇੱਥੇ ਬਹੁਤ ਸنوਪ ਪਈ ਆ ਤੁਸੀਂ ਪਿਛਲੀ ਵੀਡੀਓ ਦੇਖੀਆਂ ਹੋਣਗੀਆਂ ਤਾਂ ਇਸ ਜਗ੍ਹਾ ਦੇ ਉੱਪਰ ਬੜੀ ਸنوਪ ਪਈ ਸੀ ਹਨਾ ਤੇ ਇਹ ਗੱਡੀਆਂ ਦੇ ਉੱਪਰ ਵੀ ਫੁੱਲ ਸਨੋ ਫੁੱਲ ਸਨੋ ਹੋਈ ਸੀ ਤੇ ਹੁਣ ਪਰਸੋਂ ਨੂੰ ਨਹੀਂ ਕੱਲ ਸ਼ਾਇਦ ਕੱਲ ਸਨੋ ਪੈਣੀ ਆ ਤੇ ਦੱਸਿਆ ਹੋਇਆ ਵੈਸੇ ਸਨੋ ਪੈਣ ਦਾ ਹਨਾ ਬਾਬਿਓ ਤੇ ਪਤਾ ਤੁਹਾਨੂੰ ਲੱਗ ਹੀ ਗਿਆ ਹੋਊਗਾ ਆਪਣੇ ਅੱਜ ਕਾਦੇ ਵਾਸਤੇ ਗੱਲ ਕਰਨੀ ਆ ਤੁਸੀਂ ਥਿੰਬਲ ਦੇਖ ਲਿਆ ਹੋਣਾ ਹਨਾ ਤੇ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਤੇ ਜਿਨ੍ਹਾਂ ਦੇ ਮੇਰੇ ਭਰਾਵਾਂ ਦੇ ਜਾਂ ਭੈਣਾਂ ਦੇ ਬੀਜੇ ਨੇ ਉਹਨਾਂ ਨੂੰ ਮੇਰੇ ਵੱਲੋਂ ਹਨਾ ਵਧਾਈਆਂ ਤੇ ਬਾਕੀ ਬੀਜੇ ਓਪਨ ਹੋ ਗਿਆ ਹਨਾ ਤੇ ਫੈਲਾਂ ਜਿਹੜੀਆਂ ਨੇਗੀਆਂ ਉਹ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਸੀ ਇੱਕ ਅੱਜ ਤੋਂ 8-10 ਦਿਨ ਪਹਿਲਾਂ ਵੀ ਮੈਂ ਇੱਕ ਤੁਹਾਨੂੰ ਵੀਡੀਓ ਪਾਈ ਸੀਗੀ ਮੈਂ ਉਹਦੇ ਵਿੱਚ ਵੀ ਤੁਹਾਨੂੰ ਹਨਾ ਦੱਸਿਆ ਸੀ ਆ ਵੀ ਬੀਜੇ ਲੱਗ ਰਹੇ ਨੇ ਪਰ ਸਲੋ ਲੱਗ ਰਹੇ ਨੇ ਹਨਾ ਤੇ ਉਦਾਂ ਨਹੀਂ ਕੰਮ ਹੋ ਰਿਹਾ ਜਿੱਦੇ ਜਿਵੇਂ ਪਹਿਲਾਂ ਜਿਵੇਂ ਕੋਰੋਨਾ ਤੋਂ ਪਹਿਲਾਂ ਹਨਾ ਮੈਂ ਦਾ ਮਤਲਬ 21-22 ਦਿਨਾਂ ਦਾ ਦੇ ਵਿੱਚ ਦਾ ਹੀ ਪ੍ਰੋਸੈਸ ਹੁੰਦਾ ਹੈ ਜ਼ਿਆਦਾਤਰ ਤਾਂ ਤੇ ਬੜਾ ਲੰਬਾ ਪ੍ਰੋਸੈਸ ਵੀ ਨਹੀਂ ਹੁੰਦਾ ਵੀ 20-21 ਦਿਨਾਂ ਦੇ ਵਿੱਚ ਸਾਈਪ੍ਰਸ ਦਾ ਬੀਜਾ ਜਿਹੜਾ ਉਹ ਮਤਲਬ ਲੱਗ ਆ ਜਾਂਦਾ ਹੈ ਆਪਣੇ ਕੋਲ ਠੀਕ ਆ ਤੇ ਆਪਾਂ ਨੂੰ ਕਈ ਮੇਰੇ ਭਰਾ ਮੈਨੂੰ ਕਮੈਂਟ ਦੇ ਵਿੱਚ ਕਹਿੰਦੇ ਨੇ ਹਨਾ ਵੀ ਬਾਈ ਯਾਰ ਵੀ ਕਿਹੜੇ-ਕਿਹੜੇ ਪੇਪਰਾਂ ਦੀ ਮਤਲਬ ਲੋੜ ਪੈਂਦੀ ਆ ਵੀ ਜੇ ਵਾਸਤੇ ਵੀ ਕੀ ਡਾਕੂਮੈਂਟ ਦੇਣੇ ਪੈਂਦੇ ਆ ਹਨਾ ਤੇ ਮੈਂ ਉਹਦੇ ਵਿੱਚ ਤੁਹਾਨੂੰ ਮੈਂ ਦੱਸਾਂ ਵੀ ਵੀਰੇ ਯਾਰ ਉਹਦੇ ਵਿੱਚ ਕੀ ਹੈ ਇੱਕ ਤਾਂ ਆਪਾਂ ਨੂੰ ਪੀਸੀਸੀ ਠੀਕ ਆ ਜਿਹੜੀ ਮਤਲਬ 6 ਮਹੀਨਿਆਂ ਦੀ ਵੈਲਿਡ ਹੁੰਦੀ ਆ ਸੀ ਪੀਸੀਸੀ ਜਿਹੜੀ ਠੀਕ ਆ ਜੀ ਉਸ ਤੋਂ ਬਾਅਦ ਬਾਈ ਇੱਕ ਹੁੰਦਾ ਜੀ ਮੈਡੀਕਲ ਠੀਕ ਆ ਤੇ ਇੱਕ ਹੁੰਦਾ ਜੀ ਪਾਸਪੋਰਟ ਠੀਕ ਆ ਜੀ ਇੱਕ ਆਪਣਾ ਜੀ ਜਿੰਨੀ ਆਪਣੇ ਪੜ੍ਹਾਈ ਕਰੀ ਹੋਈ ਆ ਉਹਦੇ ਸਰਟੀਫਿਕੇਟ ਹੋਗੇ ਹਨਾ ਤੇ ਇਹ ਮਤਲਬ ਜਿਹੜਾ ਡਾਕੂਮੈਂਟ ਹੁੰਦੇ ਨੇ ਜਿਹੜੇ ਆਪਾਂ ਨੂੰ ਦੇਣੇ ਪੈਂਦੇ ਆ ਜੀ ਫਾਇਲ ਲੱਗਣ ਵਾਸਤੇ ਠੀਕ ਆ ਉਸ ਤੋਂ ਬਾਅਦ ਆਪਾਂ ਹੁਣ ਫਿਰ ਦੁਬਾਰੇ ਗੱਲ ਕਰਦੇ ਆ ਵਰਕ ਪਰਮਿਟ ਦੀ ਠੀਕ ਆ ਬੀ ਜੇ ਤੁਹਾਨੂੰ ਪਤਾ ਦੱਸ ਹੀ ਦਿੱਤਾ ਵੀ ਲੱਗ ਰਹੇ ਨੇ ਹੁਣ ਠੀਕ ਆ ਤੇ ਕਈ ਮੇਰੀਆਂ ਭੈਣਾਂ ਦੇ ਮੇਰੇ ਵੀਰਾਂ ਦੇ ਵੀ ਜੇ ਆ ਰਹੇ ਨੇ ਠੀਕ ਆ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਤਿੰਨ ਫੈਲਾਂ ਮੇਰੀ ਨਿਗਾ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਉਹਨਾਂ ਦਾ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਮੈਂ 2-3 ਦਿਨਾਂ ਦੇ 4 ਦਿਨਾਂ ਦੇ ਵਿੱਚ ਦੱਸੂਗਾ ਕੱਲ ਵਾਲੀ ਵੀਡੀਓ ਵਿੱਚ ਜਾਂ ਪਰਸ ਵਾਲੀ ਵਿੱਚ ਮੈਂ ਦੱਸਿਆ ਸੀ ਆ ਬੋਲਿਆ ਵੀ ਸੀ ਆ ਵੀ 3-4 ਦਿਨਾਂ ਨੂੰ ਆਪਾਂ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਜੇ ਉਹਨਾਂ ਦੇ ਵੀ ਆ ਗਏ ਠੀਕ ਆ ਜੇ ਤਾਂ ਉਹਨਾਂ ਦੇ ਮਤਲਬ ਵੀ ਜੇ ਨਿਕਲ ਆਏ ਠੀਕ ਆ ਤਿੰਨ ਚਾਰ ਫਾਈਲਾਂ ਦੇ ਵਿੱਚੋਂ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਬੰਦਿਆਂ ਦੀ ਵੀ ਜੇ ਆਏ ਠੀਕ ਆ ਤੇ ਫਿਰ ਆਪਾਂ ਤੁਹਾਨੂੰ ਖੁਸ਼ਖਬਰੀ ਹੋਰ ਥੋੜੀ-ਥੋੜੀ ਹੋਰ ਖੁਸ਼ਖਬਰੀ ਬਤਾ ਦਾਂਗੇ ਹੋਗੀ ਠੀਕ ਆ ਖੁਸ਼ ਕਰ ਦਾਂਗੇ ਤੁਹਾਨੂੰ ਆਪਾਂ ਤੇ ਬਸ ਜ਼ਿਆਦਾਤਰ ਆਪਾਂ ਯਾਰ ਸਾਰਿਆਂ ਨੂੰ ਇਹੀ ਕਹਿੰਦੇ ਆ ਕਿ ਆਪਣਾ ਪੈਸਾ ਆਪਣੇ ਏਜੰਟ ਨੂੰ ਪਹਿਲਾਂ ਨਾ ਦੋ ਠੀਕਾ ਜੇ ਦੇਖੋ ਲੱਖ ਅਕਰਪਈਆ ਚਲੋ ਬਣਦਾ ਹੁੰਦਾ ਪਹਿਲਾਂ ਦੇਣਾ ਹੁੰਦਾ ਹਨਾ ਆਪਾਂ ਉਹ ਤੁਸੀਂ ਦੇ ਦਿਓ ਯਾਰ ਹਨਾ ਪਰ ਜਿਹੜਾ ਤੁਸੀਂ ਆਹ ਗਲਤੀਆਂ ਕਰਦੇ ਹੋ 5 5 ਹਨਾ 6 6 ਲੱਖ ਰੁਪਈਆ ਤੁਸੀਂ ਯਾਰ ਸਾਈ ਪ੍ਰੈਸ ਦੇ ਲਈ ਲਾ ਰਹੇ ਹੋ ਤਾਂ ਉਹ ਮੈਂ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿ ਸਕਦਾ ਕਿ ਇਦੋਂ ਆਪਾਂ ਮੂਰਖ ਮੂਰਖ ਨਹੀਂ ਹੋ ਸਕਦੇ ਯਾਰ ਹਨਾ ਤੇ 6 ਤਾਂ ਚਲ ਛੱਡੋ ਯਾਰ 6 ਤਾਂ ਚਲ ਫਿਰ ਵੀ ਠੀਕ ਹੈ ਚਲ ਵਿਚਾ ਇਹ ਜੇ ਬੰਦੇ ਦੇਖਦਾ ਮੈਂ ਸਾਈ ਪ੍ਰੈਸ ਦੇ ਵਿੱਚ ਮੈਂ ਕਈ ਵਾਰੀ ਬੰਦੇ ਨੂੰ ਕਿੰਨੇ ਪੈਸੇ ਲਾ ਕੇ ਆਇਆ ਬਾਈ ਬਾਈ 8 ਲੱਖ ਰੁਪਏ ਬੜਾ ਦੁੱਖ ਹੁੰਦਾ ਬਾਈ 8 ਲੱਖ ਰੁਪਈਆ ਯਾਰ ਸਾਈ ਪ੍ਰੈਸ ਦੇ ਵਿੱਚ ਕਦੋਂ ਪੂਰੇ ਕਰੂਗਾ ਮੇਰਾ ਭਰਾ ਹੋਣਾ ਇੱਕ ਤੇ ਮੇਰੀ ਭੈਣ ਮਿਲੀ ਮੈਨੂੰ ਤੇ ਮੈਂ ਉਹਦੇ ਨਾਲ ਗੱਲ ਕਰੀ ਤੇ ਮੈਂ ਉਹਨੂੰ ਪੁੱਛਿਆ ਭਣੇ ਮਾਹ ਵੀ ਤੁਸੀਂ ਕਾਦੇ ਮਤਲਬ ਬੀਜੀ ਤੇ ਆਏ ਹੋ ਤੇ ਉਹ ਦੁਨੀਵਰਸਿਟੀ ਬੀਜੀ ਤੇ ਆਈ ਹੈ ਮੇਰੀ ਭੈਣ ਹੋਣਾ ਤੇ ਉਹਦਾ ਵੀ 7 ਲੱਖ ਰੁਪਈਆ ਲੱਗ ਗਿਆ ਯਾਰ ਸੋਸ਼ਲ ਮੀਡੀਆ ਦੇ ਉੱਤੇ ਕਿੰਨੇ ਯੂਟਿਊਬਰ ਨੇ ਇਸ ਟਾਈਮ ਕਿੰਨੀਆਂ ਜਾਣਕਾਰੀਆਂ ਦਿੰਦੇ ਨੇ ਸਮਝਾਉਂਦੇ ਨੇ ਕਿੰਨਾ ਪੈਸਾ ਲੱਗਦਾ ਕਿੰਨਾ ਪੈਸਾ ਬਣਦਾ ਹੈ ਹਨਾ ਤਾਂ ਯਾਰ ਅਸੀਂ ਪਤਾ ਹੀ ਨਹੀਂ ਕਿਹੜੀਆਂ ਚੱਕਰਾਂ ਦੇ ਵਿੱਚ ਫਰੀ ਜਾਂਦੇ ਆ ਪਤਾ ਨਹੀਂ ਅਸੀਂ ਕਿਹੜੀਆਂ ਵੀਡੀਓ ਦੇਖਦੇ ਰਹਨੇ ਆ ਠੀਕ ਆ ਸਾਨੂੰ ਨਹੀਂ ਪਤਾ ਸਾਡਾ ਦਿਮਾਗ ਹੀ ਨਹੀਂ ਹੈ ਸਾਡਾ ਠੀਕ ਆ ਤੇ ਕਿੰਨੇ ਵਧੀਆ ਯੂਟਿਊਬਰ ਨੇ ਦੇਖੋ ਠੀਕ ਆ ਹੁਣ ਹਿੰਦੀ ਜਸਬਾਲ ਠੀਕ ਆ ਕਿੰਨਾ ਵਧੀਆ ਮਤਲਬ ਉਹ ਆਪਾਂ ਨੂੰ ਤੱਥ ਦੱਸਦਾ ਮੇਰਾ ਭਰਾ ਇੰਦੀ ਜਸਪਾਲ ਠੀਕ ਆ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਕਿੰਨੇ ਤੱਥ ਦੱਸਦਾ ਉਹ ਕਿੰਨੀਆਂ ਜਾਣਕਾਰੀਆਂ ਦਿੰਦਾ ਉਹ ਆਪਾਂ ਨੂੰ ਹਨਾ ਕਿੰਨੀਆਂ ਕੁਸ ਸਮਝਾਉਂਦਾ ਉਹ ਠੀਕ ਆ ਸਰਕਾਰਾਂ ਬਾਰੇ ਕਿੰਨਾ ਕੁਝ ਦੱਸਦਾ ਠੀਕ ਆ ਆਪਾਂ ਉਸ ਬੰਦੇ ਨੂੰ ਕਿੰਨੀ ਕੁ ਸਪੋਰਟ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਪਤਾ ਠੀਕ ਆ ਸਪੋਰਟ ਕਰਿਆ ਕਰੋ ਇੰਦੀ ਜਸਪਾਲ ਆ ਉਹਦਾ ਚੈਨਲ ਆ ਮੇਰੇ ਭਰਾ ਦਾ ਹਨਾ ਤੇ ਉਹਨੂੰ ਫੁੱਲ ਸਪੋਰਟ ਕਰਿਆ ਕਰੋ ਯਾਰ ਹਨਾ ਚੰਗੇ ਬੰਦਿਆਂ ਨੂੰ ਉਹ ਇੰਡੀਆ ਵੀ ਨਹੀਂ ਜਾ ਸਕਦਾ ਦੇਖੋ ਠੀਕ ਆ ਠੀਕ ਆ ਉਹ ਕੈਨੇਡਾ ਦੇ ਵਿੱਚ ਆ ਠੀਕ ਆ ਉਹਨੂੰ ਇੰਡੀਆ ਜਾ ਨਹੀਂ ਸਕਦਾ ਕਿਉਂਕਿ ਸਰਕਾਰ ਨੇ ਉਹਦੇ ਉੱਤੇ ਬੈਨ ਪਤ ਨਹੀਂ ਬੈਨਬੂਨ ਲਾਇਆ ਹੋਇਆ ਤੇ ਉਹ ਸਰਕਾਰਾਂ ਬਾਰੇ ਮਤਲਬ ਬੋਲਦਾ ਹਨਾ ਸਮਝਦਾ ਚਲੋ ਉਹ ਤਾਂ ਦੇਖੋ ਯਾਰ ਆਪਣੇ ਲਈ ਆਪਣੇ ਲਈ ਉਹ ਲੜ ਰਿਹਾ ਉਹ ਠੀਕ ਆ ਆਪਣੇ ਬਾਰੇ ਆਪਣੇ ਬਾਰੇ ਆਪਾਂ ਨੂੰ ਹੀ ਦੱਸਦਾ ਉਹ ਸਾਰੀ ਗੱਲ ਅਬੀ ਆ ਬੰਦੇ ਨੇ ਕੀ ਕਰਿਆ ਮੋਦੀ ਨੇ ਕੀ ਕਰਿਆ ਕਿਸੇ ਹੋਰ ਨੇ ਕੀ ਕਰਿਆ ਹਨਾ ਬੀ ਉਹ ਆਪਣੀ ਮਤਲਬ ਹੈਲਪ ਹੈਲਪ ਤੌਰ ਤੇ ਲਾ ਲੋ ਜਾਂ ਆਪਣੀ ਨੌਲੇਜ ਵਧਾਉਣ ਦੇ ਲਈ ਲਾ ਲੋ ਹਨਾ ਤਾਂ ਮਤਲਬ ਜਾਣਕਾਰੀ ਦਿੰਦਾ ਆਪਾਂ ਨੂੰ ਠੀਕ ਆ ਤੇ ਬਾਕੀ ਸਟੂਡੈਂਟ ਦੇ ਬੀਜੇ ਯੂਨੀਵਰਸਿਟੀ ਦੇ ਬੀਜੇ ਨਿਕਲ ਰਹੇ ਨੇ ਜਿਹੜਾ ਪੈਸਾ ਹੈ ਮੇਰੇ ਭਰਾ ਉਹ ਮੇਰੀ ਉਹ ਭੈਣੋਂ ਬਹੁਤ ਘੱਟ ਲੱਗਦਾ ਹੁੰਦਾ ਠੀਕ ਆ 4 4.5 ਲੱਖ ਰੁਪਇਆ ਲੱਗਦਾ ਸਾਰਾ ਠੀਕ ਆ ਤੇ ਜੇ ਬਰਕਤ ਆਉਣੇ ਆ ਤਾਂ ਵੱਧ ਤੋਂ ਵੱਧ ਜੋਰ ਮਾਰ ਕੇ ਠੀਕ ਆ ਜੇ ਏਜੰਟ ਵੱਧ ਤੋਂ ਵੱਧ ਜ਼ੋਰ ਮਾਰ ਕੇ ਲੈ ਲੂਗਾ ਤਾਂ 5 ਲੱਖ ਰੁਪਇਆ ਲੈ ਲੂਗਾ ਵੱਧ ਤੋਂ ਵੱਧ ਯਾਰ ਠੀਕ ਆ ਪਰ ਜਿਹੜੇ ਤੁਸੀਂ 8-8 ਲੱਖ ਰੁਪਇਆ ਲਾ ਕੇ ਆ ਰਹੇ ਹੋ ਨਾ ਬਾਈ ਉਰੇ ਆਜੋਗੇ ਤੁਸੀਂ 8 ਲੱਖ ਰੁਪਇਆ ਲਾ ਕੇ ਤਾਂ ਉਰੇ ਆ ਕੇ ਚੀਕਾਂ ਮਾਰੋਗੇ ਬਾਈ ਜੇ ਨਾ ਮਾਰੀਆਂ ਨਾ ਬਈ ਯਾਰ YouTube ਦਾ ਚੈਨਲ ਡਿਲੀਟ ਮਾਰ ਦੂੰਗਾ ਯਾਰ ਹੋਰ ਦੱਸ ਠੀਕ ਆ ਉਰੇ ਆ ਕੇ ਬਾਈ ਰੋਂਦੇ ਨੇ ਲੋਕ ਯਾਰ ਠੀਕ ਆ ਪਹਿਲਾਂ ਬਾਈ ਕੰਮ ਨਹੀਂ ਮਿਲਦਾ ਠੀਕ ਆ ਫਿਰ ਬੰਦੇ ਪਛਤਾਉਂਦੇ ਨੇ ਠੀਕ ਆ ਤੇ ਜਿਹੜੇ ਕੰਮ ਤੇ ਬੁਲਾਇਆ ਹੁੰਦਾ ਉਹ ਉਹ ਕੰਮ ਦੇ ਉੱਤੇ ਲਾਉਂਦੇ ਨਹੀਂ ਹੈ ਕਿ ਕੱਲ ਦਿੰਦੇ ਨੇ ਹੋਰ ਕੰਮ ਦੇ ਉੱਤੇ 8 ਲੱਖ ਰੁਪਈਆ ਦਿੱਤਾ ਹੁੰਦਾ ਫਿਰ ਬੰਦਾ ਰੋਂਦਾ ਯਾਰ ਫੇ ਬੰਦੇ ਨੂੰ ਬੜਾ ਦੁੱਖ ਲੱਗਦਾ ਵੀ ਯਾਰ ਸਾਲਾ ਇੰਨੇ ਚਾਵਾ ਦੇ ਨਾਲ ਆਏ ਸੀ ਹੈ ਬੜਾ ਚਾ ਸੀ ਆਪਾਂ ਨੂੰ ਉਹਦੇ ਬਾਹਰੇ ਆਉਣ ਦਾ ਹਨਾ ਕਿ ਯਾਰ ਸਾਲਾ ਇੱਥੇ ਆ ਕੇ ਬੰਦੇ ਦਾ ਉੱਥੇ ਆ ਕੇ ਮਾਨ ਟੁੱਟ ਜਾਂਦਾ ਠੀਕ ਆ ਤੇ ਜਦੋਂ ਮੈਂ ਆਇਆ ਸੀ ਇੱਥੇ ਠੀਕ ਆ ਚਲੋ ਆਪਣੇ ਨਾਲ ਜਿਹੜੀਆਂ ਗੱਲਾਂ ਹੋਈਆਂ ਸੀ ਸਹੀ ਹੋਈਆਂ ਸੀ ਆ ਠੀਕ ਆ ਆਪਾਂ ਚਲੋ ਉਹਨਾਂ ਤੇ ਯਾਰ ਨਹੀਂ ਮੁੱਕ ਸਕਦੇ ਆਪਾਂ ਨੇ ਠੀਕ ਆ ਕੰਮਕਾਰ ਤੇ ਜਾਣੇ ਵੀ ਆ ਚਲੋ ਯਾਰ ਆਪਣਾ ਵਧੀਆ ਚਲੋ ਚੱਲੀ ਜਾਂਦਾ ਯਾਰ ਸਰਕਲ ਜਾਂ ਚੱਲੀ ਜਾਂਦਾ ਮਤਲਬ ਨਾ ਭੁੱਖੇ ਮਰਨ ਵਾਲਾ ਕੰਮ ਨਹੀਂ ਹੈਗਾ ਠੀਕ ਆ ਚਲੋ ਮੈਂ ਯਾਰ ਇਹੋ ਜਿਹੇ ਲੋਕ ਦੇਖਦਾ ਸਾਈਪ੍ਰੈਸ ਦੇ ਵਿੱਚ ਜਿੰਨਾ ਲਵੇ ਯਾਰ ਇੱਥੇ ਰੈਂਟ ਦੇਣ ਨੂੰ 20 ਪੈਸੇ ਨਹੀਂ ਹੁੰਦੇ ਕਦੇ ਠੀਕ ਆ ਇੰਨਾ ਬੁਰਾ ਹਾਲ ਆ ਯਾਰ ਠੀਕ ਆ ਕਈ ਬਰੀਆਂ ਭੈਣਾਂ ਕੰਮ ਕਰੇ ਆਉਂਦੀਆਂ ਨੇ ਕਿ ਮੇ स्टूडेंट ਬੀ ਜੀ ਤੇ ਵਿਚਾਰੀਆਂ ਆਈਆਂ ਹੁੰਦੀਆਂ ਨੇ ਗਿਆ ਠੀਕ ਆ ਉਹ ਵਿਚਾਰੀਆਂ ਕੰਮ ਕਰਕੇ 15-15 ਨਾਲ 20-20 ਦਿਨ ਇਹਨਾਂ ਦੇ ਕੰਮ ਕਰੇ ਆਉਂਦੇ ਨੇ ਉੱਥੇ ਪੈਸੇ ਮਰ ਜਾਂਦੇ ਨੇ ਉਹਨਾਂ ਦੇ ਹਨਾ ਬੜਾ ਦੁੱਖ ਲੱਗਦਾ ਯਾਰ ਵਿਚਾਰੀ ਕੰਮ 15 ਦਿਨ ਸਵੇਰੇ ਉੱਠੇ ਦੀ ਆ ਅਗਲੀ ਕੰਮ ਤੇ ਜਾਂਦੀ ਆ ਸ਼ਾਮ ਨੂੰ ਘਰ ਆਉਂਦੀ ਆ ਠੀਕ ਆ ਰੋਟੀ ਪਾਣੀ ਖਾ ਕੇ ਠੀਕ ਆ ਆਰਾਮ ਕਰਦੀ ਆ ਤਾਂ ਜਦੋਂ 15 ਦਿਨਾਂ ਦੇ ਵਿਚਾਰੀ ਦੇ ਪੈਸੇ ਮਰ ਜਾਂਦੇ ਨੇ ਤਾਂ ਉਹ ਦੁੱਖ ਲੱਗਦਾ ਹੁੰਦਾ ਉਹਨੂੰ ਉਹਨੂੰ ਪੁੱਛ ਕੇ ਦੇਖੇ ਯਾਰ ਵੀ ਕਿੰਨਾ ਦੁੱਖ ਲੱਗਿਆ ਹਨਾ ਹੋਰ ਬੰਦੇ ਉਹਦਾ ਕੀ ਆਪਾਂ ਕਹਿ ਸਕਦੇ ਆ ਚਲੋ ਠੀਕ ਆ ਬਾਕੀ ਮਜ਼ਾਕ ਡਾਊਨ ਵਾਲੇ ਤਾਂ ਇੱਥੇ ਬਹੁਤ ਨੇ ਠੀਕ ਆ ਆ ਪਾਗਲ ਫੁੱਦੂ ਬਣਾਉਣਾ ਠੀਕ ਆ ਇਹ ਤਾਂ ਸਾਡੇ ਲੋਕਾਂ ਦੇ ਚਲੋ ਖੂਨ ਦੇ ਵਿੱਚ ਹੀ ਆ ਹਨਾ ਹਾਸੇ ਮਜ਼ਾਕ ਕਰਨਾ ਠੀਕ ਆ ਨਾ ਤੇ ਬੰਦੇ ਦੀ ਫੀਲਿੰਗ ਨਾਲ ਖੇਡਣਾ ਠੀਕ ਆ ਇਹ ਤਾਂ ਸਾਡੇ ਲੋਕਾਂ ਦੇ ਚਲੋ ਖੂਨ ਚ ਹੀ ਆ ਯਾਰ ਹਨਾ ਇਹ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਆਪਾਂ ਸਮਝਾ ਨਹੀਂ ਸਕਦੇ ਅਸੀਂ ਇਹਨਾਂ ਲੋਕਾਂ ਨੂੰ ਅਸੀਂ ਠੀਕ ਆ ਤੇ ਬਾਕੀ ਯਾਰ ਸਪੋਰਟ ਕਰਿਆ ਕਰੋ ਠੀਕ ਆ ਆਪਦੇ ਭਰਾ ਨੂੰ ਯਾਰ ਹਨਾ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਯਾਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਮੇਰੇ ਭਰਾ ਹਨਾ ਅੱਗੇ ਯਾਰ ਤੁਹਾਡੇ ਲਵੇ ਬਥੇਰੇ ਮੇਰੇ ਭਰਾਵਾਂ ਵਾਲੇ ਯਾਰ ਗਰੁੱਪ ਗਰੁੱਪ ਬਣੇ ਹੋਏ ਨੇਗੇ ਹਨਾ WhatsApp ਗਰੁੱਪ ਹੁੰਦੇ ਨੇ ਉੱਥੇ ਸ਼ੇਅਰ ਕਰ ਦਿਆ ਕਰੋ ਅੱਗੇ ਠੀਕ ਆ ਤੇ ਬਾਕੀ ਵਧੀਆ ਯਾਰ ਚੈਨਲ ਜਿਨ੍ਹਾਂ ਦੇ ਚੈਨਲ ਵਧੀਆ ਬਣਾਏ ਹੋਏ ਨੇ ਵਧੀਆ ਸਾਡੇ ਪੰਜਾਬੀ ਵੀਰਾਂ ਨੂੰ ਹਨਾ ਜਾਣਕਾਰੀ ਦਿੰਦੇ ਨੇ ਵਧੀਆ ਸਮਝਾਉਂਦੇ ਨੇ ਉਹਨਾਂ ਨੂੰ ਫੁੱਲ ਸਪੋਰਟ ਕਰਿਆ ਕਰੋ ਠੀਕ ਆ ਆਪਣਾ ਭਰਾ ਪਿੰਡੂ ਠੀਕ ਆ ਰੀਸ਼ਮ ਪਿੰਡੂ ਉਹਨੂੰ ਬਾਈ ਨੂੰ ਆਪਣੇ ਨੂੰ ਫੁੱਲ ਸਪੋਰਟ ਕਰੋ ਠੀਕ ਆ ਤੇ ਸਾਈਪ੍ਰੈਸ ਦੇ ਵਿੱਚ ਦੋ ਕੋ ਤਿੰਨ ਗਵਾਰ ਦੋਸਤੀ ਵਧੀਆ ਮਿਲ ਰਹੇ ਆਪਾਂ ਨੂੰ ਠੀਕ ਆ ਤੇ ਬਸ ਉਹਨਾਂ ਨਾਲ ਹੀ ਆਪਾਂ ਜ਼ਿਆਦਾ ਵਰਤਦੇ ਆਪਾਂ ਜਦ ਜ਼ਿਆਦੇ ਹੋਰਾਂ ਪਰਾ ਨਹੀਂ ਜਾਂਦੇ ਕਿਸੇ ਨਾਲ ਠੀਕ ਆ ਨਾ ਤੇ ਬਾਕੀ ਜਾਣਾ ਵੀ ਨਹੀਂ ਚਾਹੀਦਾ ਮਤਲਬੀ ਅੱਜ ਕੱਲ੍ਹ ਤੁਹਾਨੂੰ ਪਤੀ ਆ ਹਰੇਕ ਬੰਤੇ ਨੂੰ ਆਪਣੇ ਤੱਕ ਪੈਸਾ ਤੱਕ ਹੀ ਮਤਲਬ ਰਹਿ ਗਿਆ ਠੀਕ ਆ ਯਾਰਾ ਯੂਰਾਂ ਤੱਕ ਤਾਂ ਸੋਨ ਨੂੰ ਸਭ ਨੂੰ ਪਤਾ ਹੀ ਆ ਹਨਾ ਤੇ ਬਾਕੀ ਯਾਰ ਬਾਈ ਬਣ ਕੇ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਮੇਰਾ ਭਰਾ ਸੋਨ ਕੋਈ ਜਾਣਤੇ ਕਹਿੰਦਾਗਾ ਵੀ ਪੀਸੀਸੀ ਮੈਂ ਬਣਾ ਦੂ ਮੈਡੀਕਲ ਮੈਂ ਬਣਾ ਦੂੰਗਾ ਤਾਂ ਮੈਂ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਇਹ ਚੱਕਰ ਦੇ ਵਿੱਚ ਬਾਈ ਜਮਾ ਨਾ ਪਿਓ ਠੀਕ ਆ ਕੋਈ ਗੱਲ ਨਹੀਂ ਯਾਰ ਜੇ ਤੁਹਾਡਾ ਯਾਰ ਅੱਜ 20 ਦਿਨਾਂ ਨੂੰ ਬੀਜ ਆਉਣਾ ਕੋਈ ਅੱਲ 40 ਦਿਨਾਂ ਨੂੰ ਆਜੂ ਠੀਕ ਆ ਪਰ ਤੁਸੀਂ ਆਪਣੀ ਮੈਡੀਕਲ ਪੀਸੀਸੀ ਆਪ ਹੀ ਰੀਜਨਲ ਬਣਾਵਾਇਓ ਯਾਰ ਹਨਾ ਡੁਪਲੀਕੇਟ ਚੱਕਰ ਦੇ ਵਿੱਚ ਜਮਾ ਨਾ ਪਿਓ ਠੀਕ ਆ ਕੱਲ ਨੂੰ ਤੁਸੀਂ ਮੰਨ ਲਓ ਪੀਸੀਸੀ ਬਣਾਵਾਲੀ ਚਲੋ ਵੀ ਜਾ ਵੀ ਛੋਟਾ ਆ ਗਿਆ ਤੁਸੀਂ ਸਾਈ ਪ੍ਰੈਸ ਪਹੁੰਚ ਵੀ ਗਏ ਪਰ ਜੇ ਤੁਹਾਨੂੰ ਉਰੇ ਆ ਕੇ ਕੋਈ ਦਿੱਕਤ ਆ ਗਈ ਬਾਈ ਕੌਣ ਜ਼ਿੰਮੇਵਾਰ ਕੋਈ ਜ਼ਿੰਮੇਵਾਰ ਨਹੀਂ ਠੀਕ ਆ ਸੋਨੇ ਏਜੰਟ ਨੇ ਤਾਂ ਸੋ ਇਹੀ ਕਹਿ ਦੇਣਾ ਬਾਈ ਮੇਰਾ ਤਾਂ ਕੰਮ ਤੈਨੂੰ ਸਾਈ ਪ੍ਰੈਸ ਲਾਉਣਾ ਸੀਗਾ ਬਸ ਸੋਨ ਤੈਨੂੰ ਮੈਂ ਸਾਈ ਕਾ ਪ੍ਰੈਸ ਬੁਲਾਉਣਾ ਸੀ ਬਲਾ ਤਾਂ ਮੇਰੀ ਯਾਰ ਸਿਰਦਰਦੀ ਖਤਮ ਠੀਕ ਆ ਉੱਥੇ ਅਸੀਂ ਬਾਈ ਯਾਰ ਤਨੂ ਪਤਾ ਹੀ ਆ ਯਾਰ ਬੜਾ ਦੁੱਖ ਲੱਗਦਾ ਹਨਾ ਕਿਉਂ ਯਾਰ ਇੰਨਾ ਪੈਸਾ ਲਾ ਕੇ ਪਹੁੰਚ ਵੀ ਗਏ ਬਾਕੀ ਯਾਰ ਜੇ ਵਾਪਸ ਇੰਡੀਆ ਵੀ ਜਾਣੇ ਆ ਤਾਂ ਵੀ ਲੋਕ ਯਾਰ ਮਿਹਨੇ ਮਾਰ 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 ਦਿੰਦੇ ਨੇ ਠੀਕ ਆ ਤੇ ਮੈਂ ਤਾਂ ਬਸ ਇਹੀ ਕਹਿਣਾ ਯਾਰ ਸਭ ਨੂੰ ਯਾਰ ਹਨਾ ਤੇ ਆਪਣਾ ਯਾਰ ਕੋਈ ਗੱਲ ਨਹੀਂ ਯਾਰ ਜੇ ਚਾਲੇ 20 ਲੱਗਦੇ ਨੇ 40 ਦਿਨ ਲੱਗ ਜਾਣਗੇ ਕੋਈ ਗੱਲ ਨਹੀਂ ਸਬਰ ਨਾਲ ਆ ਜਾ ਕੰਮ ਵੀ ਕਰਨਾ ਉਰੇ ਆ ਕੇ ਉਰੇ ਆ ਕੇ ਜਿਹੜਾ ਕੁਰਸੀ ਤੇ ਬੈਠਣਾ ਠੀਕ ਆ ਨਾ ਜੀ ਸਵੇਰੇ ਜੀਗਨ ਪਾਈ ਠੀਕ ਆ ਤੇ ਵੀ ਚਲੋ ਚੱਲੀਏ ਹੁਣ ਕੰਮ ਤੇ ਨਜ਼ਾਰੇ ਨਾਲ ਜਾਣਾ ਨਜ਼ਾਰੇ ਨਾਲ ਇਹਦਾ ਬਾਈ ਦੇਖ ਸੱਧੀ ਜੀ ਗੱਲ ਹੈ ਦਿਹਾੜੀਆਂ ਨੇਗੀਆਂ ਠੀਕ ਆ ਕਰ ਲਾਂਗੇ ਖਾ ਲਾਂਗੇ ਨਹੀਂ ਫਿਰ ਠੀਕ ਆ ਭੁੱਖੇ ਮਰਨ ਵਾਲਾ ਕੰਮ ਹੀ ਹੋ ਜਾਂਦਾ ਠੀਕ ਆ ਤੇ ਬਾਕੀ ਦੱਸ ਹੀ ਦਿੱਤਾ ਤੁਹਾਨੂੰ ਮੈਂ ਦੀ 5 ਕ ਲੱਖ ਰੁਪਏ ਸਟੂਡੈਂਟ ਦਾ ਆ ਤਾਂ ਲੱਗ ਜਾਂਦਾਗਾ ਵਰਕ ਪਰਮਿਟ ਵਾਲੇ ਦਾ ਠੀਕ ਆ 4 ਕ ਲੱਖ ਰੁਪਏ ਦੇ ਵਿੱਚ ਹੀ ਮਤਲਬ ਆਪਣਾ ਸਟੂਡੈਂਟ ਦਾ ਲੱਗ ਜਾਂਦਾ ਠੀਕ ਆ ਕਿਉਂ ਹੁਣ ਥੋੜਾ ਜਿਹਾ ਪਹਿਲਾਂ ਘੱਟ ਪੈਸੇ ਲੱਗਦੇ ਸੀ ਹੁਣ ਥੋੜੇ ਜਿਹਾ ਵੱਧ ਗਏ ਪਹਿਲਾਂ ਨਾਲੋਂ ਥੋੜੇ ਜਿਹਾ ਵਧਾਏ ਹੋਏ ਨੇ ਪੈਸੇ ਠੀਕ ਆ ਤੇ ਜੇ ਜਾਣਕਾਰੀ ਵਧੀਆ ਲੱਗੀ ਆ ਤਾਂ ਜਰੂਰ ਸਪੋਰਟ ਕਰਿਓ ਆਪਣੇ ਭਰਾ ਨੂੰ ਠੀਕ ਆ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਬੀਜਾ ਬਾਰੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਸਾਰੀ ਕਹਾਣੀ ਦੱਸਤੀ ਬੀਜੇ ਲੱਗ ਰਹੇ ਨੇ ਇਸ ਟਾਈਮ ਆਪਣੇ ਏਜੰਟਾਂ ਨਾਲ ਗੱਲ ਕਰ ਲਓ ਜਿਨ੍ਹਾਂ ਦੀਆਂ ਫੈਲਾ ਲੱਗੀਆਂ ਹੋਈਆਂ ਨਿਗੀਆਂ ਠੀਕ ਆ ਉਹ ਆਪਣੇ ਏਜੰਟਾਂ ਨਾਲ ਗੱਲ ਕਰਕੇ ਆਪਣੇ ਬੀਜੇ ਲੈ ਕੇ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਵਿਆਜ ਤੇ ਪੈਸੇ ਚੱਕੇ ਨੇ ਉਹ ਜਲਦੀ ਆ ਕੇ ਆਪਣਾ ਵਿਆਜ ਤੇ ਜਿਹੜੇ ਪੈਸੇ ਚੱਕੇ ਨੇ ਜਲਦੀ ਜਲਦੀ ਪਰਮਾਤਮਾ ਉਹਨਾਂ ਨੇ ਸਾਰੇ ਕਰਜ਼ੇ ਕੋਦੇ ਦੂਰ ਕਰੇ ਕਾ ਕਰਜ਼ੇ ਲਾ ਦੇ ਠੀਕ ਆ ਕੰਮ ਕਰਾਂਗੇ ਤਾਂ ਕਰਜ਼ੇ ਵੀ ਲੈ ਜਾਣਗੇ ਠੀਕ ਆ ਕੋਈ ਵੱਡੀ ਗੱਲ ਨਹੀਂ ਐਨੀ ਦਿਮਾਗ ਤੇ ਟੈਨਸ਼ਨ ਨਾ ਲਿਆ ਕਰੋ ਠੀਕ ਆ ਤੇ ਬਾਕੀ ਸਪੋਰਟ ਕਰਦੇ ਕਰੋ ਠੀਕ ਆ ਤੇ ਚਲੋ ਠੀਕ ਆ ਜੀ ਵੀਡੀਓ ਬੜੀ ਲੰਬੀ ਬਣ ਜਾਣੀ ਆ ਤੇ ਓਪਨ ਬੀਜੇ ਬਾਰੇ ਵੀ ਆਪਾਂ ਤੁਹਾਨੂੰ ਅਗਲੀ ਸ਼ਾਇਦ ਵੀਡੀਓ ਬਣਾਈ ਆਪਾਂ ਓਪਨ ਬੀਜੇ ਦੀ ਠੀਕ ਆ ਵੀ ਓਪਨ ਬੀਜੇ ਦਾ ਪ੍ਰੋਸੈਸ ਤੁਹਾਨੂੰ ਜਰੂਰ ਦੱਸਾਂਗੇ ਆਪਾਂ ਠੀਕ ਆ ਵੀ ਕਿੰਨੀ ਕੁ ਉਖਾਈ ਆਉਂਦੀ ਹੈਗੀ ਆਪਣੇ ਬੀਜੇ ਦੇ ਵਿੱਚ ਠੀਕ ਆ ਕੀ ਕੀ ਕਰਨਾ ਪੈਂਦਾ ਕਿੰਨੇ ਕ ਕਮਾ ਸਕਦੇ ਹੋ ਕਿੰਨੇ ਕ ਗਵਾ ਸਕਦੇ ਹੋ ਠੀਕ ਆ ਕੀ ਪੱਲੇ ਪੈਣਾ ਤੁਹਾਡੇ ਉਹਦੇ ਬਾਰੇ ਵੀ ਤੁਹਾਨੂੰ ਜਰੂਰ ਦੱਸਾਂਗੇ ਚਲੋ ਠੀਕ ਹੈ ਜੀ ਇੰਨੀ ਕੀ ਜਾਣਕਾਰੀ ਸੀ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਧੰਨਵਾਦ ਰੱਬ ਰੱਖਾ ਜੀ